60,000 ਫਾਈਨਲ ਕਿੱਧਰ ਤੱਕ ਹੋ ਜਾਏਗਾ ਜੀ? ਫਾਈਨਲ 57,000 ਰੁਪਏ ਦਾ ਹੋ ਜਾਏਗਾ। ਤੇ ਇਹਦਾ ਵਜ਼ਨ ਕਿੰਨਾ ਹੋਏਗਾ ਲਾਈਵ ਬੱਕਰੇ ਦਾ? 36 ਕਿਲੋ ਵਜ਼ਨ। ਠੀਕ ਹੋ ਗਿਆ ਜੀ, 35 ਕਿਲੋ ਵਜ਼ਨ ਹੈ। ਔਰ ਗੋਸ਼ਤ ਨਿਕਲ ਆਏਗਾ, ਇਹਦੇ ਦੰਦ ਖਾਏ ਇਹਦੇ, ਇਸਕੇ ਦੰਦ ਦੇਖ, 4 ਦੰਦ। ਹਾਂਜੀ ਹਾਂਜੀ, ਕਮ ਸੇ ਕਮ 25-24 24,000 ਦਾ ਆਲ ਓਵਰ ਹੋਈਏਗਾ ਤਕਰੀਬਨ। ਮੁਖਤਲਿਫ ਕੋਈ 20-22-20,000-30,000 ਰੁਪਏ ਦੇ ਵਿੱਚ ਐਵਰੇਜ ਦੇ ਵਿੱਚ। ਠੀਕ ਹੋ ਗਿਆ, ਠੀਕ ਹੋ ਗਿਆ ਜੀ। ਇਹ ਛੋਟੇ ਮਾਲ ਮੇ ਖੜੇ ਹੋਏ ਥੇ ਜੀ। ਇਹ ਮੁੰਦਰੇ ਜ਼ਰਾ ਨਜ਼ਰ ਮਾਰੇ, ਜ਼ਬਰਦਸਤ। ਇੱਕ ਇਹ ਹੈ ਔਰ ਇੱਕ ਇਹ ਹੈ, ਮਾਸ਼ਾਅੱਲਾ ਇਹ ਜੋੜੀ ਹੈ ਜੀ। ਔਰ ਅਸਲਾਮ ਅਲੈਕੁਮ, ਵੈਲਕਮ ਬੈਕ ਟੂ ਅਨਦਰ ਵੀਡੀਓ। ਮੈਂ ਨੁਮਾਨ ਮਲਿਕ ਔਰ ਆਪ ਦੇਖ ਰਹੇ ਮੇਰਾ ਯੂਟਿਊਬ ਚੈਨਲ। ਅੱਜ ਸਭ ਤੋਂ ਮੁਲਾਕਾਤ ਹੋਈ ਹੈ ਗੁਜਰਾਂ ਵਾਲਾ ਕਮੇਲੇ ਮਿਲਦੇ ਹਾਂ। ਅੱਜ ਇਨਕੇ ਭਾਜੀ ਮੱਕੀ ਚੀਨੇ ਬੱਕਰੇ ਖੜੇ ਹੋਏ ਹਨ ਜੀ। ਆਪਕੋ ਸਾਰੀ ਡਿਟੇਲ ਲਿਖ ਦੇਂਗੇ। ਜੋ ਭਾਈ ਹਮਾਰੇ ਚੈਨਲ ਪਰ ਨਏ ਹੈ, ਚੈਨਲ ਕੋ ਸਬਸਕ੍ਰਾਈਬ ਕਰ ਦੇ ਤਾਂ ਕਿ ਮੇਰੀ ਵੀਡੀਓ ਆਰਾਮ ਹੋ। ਇਹ ਮੁੰਦਰੇ ਜ਼ਰਾ ਨਜ਼ਰ ਮਾਰੇ, ਜ਼ਬਰਦਸਤ। ਇੱਕ ਇਹ ਹੈ ਔਰ ਇੱਕ ਇਹ ਹੈ, ਮਾਸ਼ਾਅੱਲਾ ਇਹ ਜੋੜੀ ਹੈ ਜੀ। ਔਰ ਗੁਲਾਬੀ ਮੁੰਦਰੇ, ਰੇਟ ਵਗੈਰਾ ਮੈਂ ਆਪਕੋ ਕਨਫਰਮ ਕਰ ਦੇਤਾ ਹੂੰ। ਮਾਸ਼ਾਅੱਲਾ ਇਹ ਸਭ ਕੇ ਪਾਸ ਖੜੇ, ਇਨਕਾ ਨੰਬਰ ਵੀ ਮੈਂ ਦੇ ਦੇਤਾ ਹੂੰ। ਔਰ ਕਿਸੀ ਭਾਈ ਕੋ ਪਸੰਦ ਆਏ ਇਨਸੇ ਰਾਬਤਾ ਕਰ ਲੇ, ਬੜੀ ਪਿਆਰੀ ਚੀਜ਼ ਹੈ ਦੋਨੋਂ ਹੀ। ਭਾਈ ਸਾਹਿਬ, ਕਿਆ ਹਾਲ ਆਪਕਾ? ਠੀਕ ਠਾਕ ਹੈ? ਕਿਆ ਡਿਮਾਂਡ ਕਰ ਰਹੇ ਇਸ ਬੱਕਰੇ ਕੀ? 55,000 ਰੁਪਇਆ, ਮਾਸ਼ਾਅੱਲਾ। ਔਰ ਦਾਂਤ ਸੇ ਕਿਤਨਾ ਇਹ ਜਾਨਵਰ? ਖੀਰੇ ਬੱਚੇ ਹੈ ਮਾਸ਼ਾਅੱਲਾ। ਔਰ ਇਹ ਫਾਈਨਲ ਕਿਤਨੇ ਕਾ ਹੋ ਜਾਏਗਾ? ਇਹ ਵਾਲਾ ਫਾਈਨਲ ਹੈ 55। ਠੀਕ ਹੋ ਗਿਆ ਜੀ, ਦੇਖ ਲਿਆ ਮਾਸ਼ਾਅੱਲਾ, ਬੰਨੇ ਵਾਲੀ ਚੀਜ਼ ਹੈ। ਔਰ ਇਹ ਵਾਲਾ ਜੋ ਹੈ ਇਸਕਾ ਵੀ 55, ਜ਼ਬਰਦਸਤ। ਇਹ ਦੇਖੇ ਜੀ, ਜੋੜੀ ਦੇਖੇ ਜ਼ਰਾ, ਬਿਹਤਰੀਨ ਜਾਨਵਰ ਹੈ। ਭਾਈ ਸਾਹਿਬ ਆਪਣਾ ਨੰਬਰ ਬੋਲਦੇ, ਕਿਸੇ ਬੰਨੇ ਲੈਣੇ ਰਾਬਤਾ ਕਰ ਲੇਂਗੇ ਜੀ। 0300 ਜੀ, 77-91-552-552। ਇਹ ਬਾਈ ਕਾ ਭਾਈ ਸਾਹਿਬ ਕਾ ਨੰਬਰ ਹੈ। ਕਿਸੇ ਬਾਈ ਕੋ ਇਨਕੇ ਜਾਨਵਰ ਪਸੰਦ ਆ, ਇਨਸੇ ਰਾਬਤਾ ਕਰ ਰਹੇ। ਮੁਝੇ ਬੜੀ ਪਿਆਰੀ ਲੱਗੀ ਹੈ ਮਾਸ਼ਾਅੱਲਾ ਜੋੜੀ, ਔਰ ਆਪਕੋ ਜਾਨਵਰ ਦਿਖਾਤੇ ਹੈ ਮਾਸ਼ਾਅੱਲਾ। ਇਹ ਦੇਖੇ ਜੀ, ਜ਼ਬਰਦਸਤ ਮੱਖੀ ਚੀਨ ਹੈ। ਔਰ ਇਹ ਆਂਡਲ ਮੇ ਲੱਗ ਰਿਹਾ, ਮੁਝੇ ਵੀ ਖਸੀ ਨਹੀਂ ਹੁਆ। ਇਸਕੀ ਸਾਰੀ ਡਿਟੇਲ ਪੁੱਛਤੇ ਹੈ, ਇਹ ਇਨਕੇ ਮਾਲਿਕ ਖੜੇ ਹੋਏ ਪਾਸ ਹੀ, ਇਨਸੇ ਬਾਤ ਕਰਤੀ ਹੈ ਜੀ। ਅਸਲਾਮ ਵਾਲੇਕੁਮ ਜੀ, ਭਾਈ ਸਾਹਿਬ ਕੀ ਹਾਲਤ ਵੈਸੇ? ਠੀਕ ਭਾਈ ਸਾਹਿਬ, ਕੀ ਡਿਮਾਂਡ ਕਰਦੇ ਪਏ ਹੋ ਬੱਕਰੇ ਦੀ? 55,000 ਰੁਪਇਆ, ਫਾਈਨਲ ਕਿਤੇ ਤੱਕ ਹੋ ਜਾਏਗਾ? ਠੀਕ ਹੋ ਗਿਆ, ਠੀਕ ਹੋ ਗਿਆ ਜੀ, ਠੀਕ ਹੋ ਗਿਆ, ਠੀਕ ਹੋ ਗਿਆ ਜੀ, ਮਾਸ਼ਾਅੱਲਾ। ਅਤੇ ਭਾਈ ਸਾਹਿਬ ਇਹਦਾ ਵੇਟ ਕਿੰਨਾ ਹੋਏਗਾ ਇਸ ਬੱਕਰੇ ਦਾ? ਬੱਕਰੇ ਦਾ ਵੇਟ ਕਿੰਨਾ ਹੋਏਗਾ ਵਜ਼ਨ? 30 ਕਿਲੋ ਗੋਸ਼ਤ ਹੋ ਗਿਆ। ਅਤੇ ਦੰਦ ਤੋਂ ਕਿੰਨਾ ਹੋਏਗਾ? ਦੁੰਦ ਹੈ ਕਿ ਚੋਗਾ? ਮਾਸ਼ਾਅੱਲਾ ਦੁੰਦਾ ਹੋ ਗਿਆ। ਇਹ ਦੇਖ ਲਿਆ ਜੀ, ਦੋ ਦਾਂਤ ਨਿਕਾਲ ਲਈਏ ਮਾਸ਼ਾਅੱਲਾ। ਭਾਈ ਸਾਹਿਬ ਆਪਣਾ ਪਹਿਲੇ ਨੰਬਰ ਬੋਲ ਦਿਓ, ਬਾਕੀ ਫਿਰ ਮੈਂ ਤੁਹਾਡੇ ਕੋਲ ਸਾਰੇ ਜਾਨਵਰ ਦੀ ਡਿਟੇਲ ਬਾਅਦ 'ਚ ਲੈ ਲਵਾਂਗਾ। ਨੰਬਰ ਬੋਲ ਦਿਓ, ਕਿਸੇ ਨੇ ਲੈਣੇ ਹੋ ਤੁਹਾਡਾ ਰਾਬਤਾ ਕਰ ਲੈਣ ਜੀ। 5 6 73 28 73 28 ਭਾਈ ਸਾਹਿਬ ਕਾ ਨੰਬਰ ਹੈ। ਕਿਸੇ ਬਾਈ ਕੋ ਇਨਕੇ ਜਾਨਵਰ ਪਸੰਦ ਆਏ, ਇਨਸੇ ਰਾਬਤਾ ਕਰ ਲੇ। ਇਹ ਵਾਲਾ ਇਸਕੇ ਭਾਈ ਸਾਹਿਬ ਇਸਕੀ ਕਿਆ ਡਿਮਾਂਡ ਕਰ ਰਹੇ ਹਾਂ? 56,000 ਰੁਪਇਆ, ਠੀਕ ਹੋ ਗਿਆ। ਇਹ ਦੇਖ ਲਿਆ ਜੀ ਮਾਸ਼ਾਅੱਲਾ, ਜ਼ਬਰਦਸਤ। ਖਸੀ ਬੱਕਰਾ ਜੀ ਸਾਧ? ਖਸੀ ਬੱਕਰੇ, ਠੀਕ ਹੋ ਗਿਆ। ਸਾਧ ਵਾਲਾ ਜੋ ਖੜਾ ਵਾ ਮੱਖੀ ਚੀਨਾ, 60,000 ਰੁਪਇਆ ਮਾਸ਼ਾਅੱਲਾ ਜੀ। ਇਹ ਦੇਖ ਸਕਦੇ ਹੈ ਆਪ, ਖਸੀ ਬੱਕਰਾ ਜ਼ਬਰਦਸਤ ਹੈ। ਔਰ ਕੁਛ ਇਸਮੇ ਕਾਟੂ ਮਾਲ ਮੇ ਵੀ ਆਪਕੋ ਪਿੱਛੇ ਕੁਛ ਜਾਨਵਰ ਵਗੈਰਾ ਖੜੇ ਹੈ, ਇਹ ਛੋਟੇ ਬੱਕਰੇ, ਇਸਮੇ ਵੀ ਆਪਕੋ ਥੋੜ੍ਹੇ ਡਿਟੇਲ ਲੈ ਕੇ ਦੇ ਦੇਂਗੇ। ਔਰ ਇਹ ਵਾਲਾ ਜੋ ਬੱਕਰੇ ਹੈ ਨਾ, ਇਨਕੇ ਪਾਸ ਮਾਸ਼ਾਅੱਲਾ ਅੱਛੀ ਕੁਆਲਿਟੀ ਅੱਛੀ ਹੈ ਇਨਕੀ, ਔਰ ਨਾ ਚੀਜ਼ ਬਣਨੇ ਵਾਲੀ ਹੈ। ਭਾਈ ਸਾਹਿਬ ਵੀ ਇਸੇ ਰੱਖਣਾ ਚਾਹੇ, ਇੱਕ ਸਾਲ ਸੰਭਾਲਣਾ ਚਾਹੇ, ਤਾਂ ਇਹ ਚੀਜ਼ ਬਣੇਗੀ ਕਿ ਨਹੀਂ? ਬੜਾ ਖਰਚਾ ਹੋ ਜਾਂਦਾ, 4-5 ਸਾਲ। ਠੀਕ ਹੋ ਗਿਆ, ਠੀਕ ਹੋ ਗਿਆ, ਸਹੀ ਹੋ ਗਿਆ। ਉਸਕੇ ਬਾਅਦ ਇਹ ਜੋ ਮੱਖੀ ਚੀਨਾ ਬੱਕਰਾ ਹੈ, ਮੱਖੀ ਚੀਨਾ ਬੱਕਰਾ, ਇਸਕੀ ਇਹ ਇਸਕੀ ਕਿਆ ਡਿਮਾਂਡ ਕਰ ਰਹੇ ਹਾਂ? 60,000 ਫਾਈਨਲ ਕਿਤਨੇ ਤੱਕ ਹੋ ਜਾਏਗਾ? 54,000 ਰੁਪਏ ਕਾ, ਠੀਕ ਹੋ ਗਿਆ ਮਾਸ਼ਾਅੱਲਾ। ਇਸ ਸਾਈਡ ਸੇ ਮੈਂ ਆਪਕੋ ਜਾਨਵਰ ਦਿਖਾਤਾ ਹੂੰ, ਜਾਨਵਰ ਬੜਾ ਪਿਆਰਾ ਹੀ ਹੈ ਵਾਲਾ। ਇਹ ਦੇਖੇ ਮਾਸ਼ਾਅੱਲਾ, ਜੋ ਪਿੱਛੇ ਖੜਾ ਹੋ ਭਾਈ ਸਾਹਿਬ ਇਸਕਾ, ਹਾਂਜੀ ਠੀਕ ਹੋ ਗਿਆ ਜੀ। 50,000 ਰੁਪਏ ਡਿਮਾਂਡ, ਠੀਕ ਹੋ ਗਿਆ, ਠੀਕ ਹੋ ਗਿਆ ਮਾਸ਼ਾਅੱਲਾ ਮਾਸ਼ਾਅੱਲਾ। ਦੋ ਦਾਂਤ ਪੇ ਖੜਾ ਹੋ, ਮੁਝੇ 4 ਲੱਗ ਰਿਹਾ, ਫਿਰ ਵੀ ਐਵਰੇਜ ਹੈ ਬੱਕਰਾ, ਇਹ ਚੱਲ ਜਾਏਗਾ। ਜੋ ਪਿੱਛੇ ਲਾਸਟ ਪੇ ਖੜਾ ਹੋਇਆ ਮੱਖੀ ਚੀਨਾ, ਹਾਂਜੀ ਹਾਂਜੀ, ਇਸਕੀ ਪ੍ਰਾਈਸ ਬਤਾ ਦੇਣਾ?
60,000 ਫਾਈਨਲ ਕਿੱਧਰ ਤੱਕ ਹੋ ਜਾਏਗਾ ਜੀ? ਫਾਈਨਲ 57,000 ਰੁਪਏ ਦਾ ਹੋ ਜਾਏਗਾ। ਤੇ ਇਹਦਾ ਵਜ਼ਨ ਕਿੰਨਾ ਹੋਏਗਾ ਲਾਈਵ ਬੱਕਰੇ ਦਾ? 35-36 ਕਿਲੋ। ਠੀਕ ਹੋ ਗਿਆ ਜੀ, 35 ਕਿਲੋ ਵਜ਼ਨ ਹੈ। ਔਰ ਗੋਸ਼ਤ ਨਿਕਲ ਆਏਗਾ, ਇਹਦੇ ਦੰਦ ਖਾਏ ਇਹਦੇ, ਇਸਕੇ ਦੰਦ ਦੇਖੀ, ਚਾਰ ਦੰਦ ਚੌਗੇ ਪੇ ਖੜਾ ਹੋਇਆ, ਮਾਸ਼ਾਅੱਲਾ ਜਾਨਵਰ ਅੱਛਾ ਹੈ। ਇਸਕੇ ਇਲਾਵਾ ਆਪਕੋ ਯੇ ਕਾਟੂ ਬੱਕਰੇ ਵੀ ਪਿੱਛੇ ਖੜੇ ਹੈ, ਯੇ ਵੀ ਆਪਕੋ ਸਾਰੀ ਡਿਟੇਲ ਮਿਲੇਗੀ। ਸਿਰਫ ਕੁਛ ਛੋਟੇ ਕੋਈ ਸਦਕੇ ਕੇ ਲਈ ਵੀ ਇਹ ਕਾਟੂ ਮਾਲ ਹੈ। ਆਈ ਸਾਹਿਬ ਇਹਦਾ ਆਲ ਓਵਰ ਰੇਟ ਦੱਸ ਦਿਓ ਕਿ ਆਲ ਓਵਰ ਕਿੰਨਾ ਕੁ ਮਸਾਂ ਕਿ ਲਮਸਮ ਕਿੰਨਾ ਰੇਟ ਹੋਏਗਾ ਸਭ ਦਾ? ਸਦਕੇ ਦੇ ਜੀ 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 ਹਾਂਜੀ ਹਾਂਜੀ, ਚੌਵੀ ਹਜ਼ਾਰ ਦਾ ਆਲ ਓਵਰ ਹੋਈ ਹੈਗਾ ਤਕਰੀਬਨ, ਮੁਖਤਲਿਫ ਕੋਈ 20-22-30 ਹਜ਼ਾਰ ਕੇ ਉਹਦੇ ਵਿੱਚ ਐਵਰੇਜ ਦੇ ਵਿੱਚ। ਠੀਕ ਹੋ ਗਿਆ, ਠੀਕ ਹੋ ਗਿਆ। ਇਹ ਛੋਟੇ ਮਾਲ ਮੇ ਖੜੇ ਹੋਏ ਥੇ, ਔਰ ਉਹ ਆਪਕੋ ਮੈਨੇ ਸਾਈਡ ਪੇ ਬੜੇ ਬੱਕਰੇ ਦਿਖਾ ਦੀਏ ਸਾਰੇ ਮਾਸ਼ਾਅੱਲਾ। ਯੇ ਗੁਜਰਾਂ ਵਾਲਾ ਮੈਂ ਜੋ ਕਮੇਲੇ ਮੈਂ ਅੱਜ ਜਾਨਵਰ ਅੱਛੇ ਖੜੇ ਥੇ। ਯੇ ਸ਼ਾਰਟ ਸੀ ਵੀਡੀਓ ਥੀ, ਵੀਡੀਓ ਪਸੰਦ ਆਏ ਲਾਈਕ ਮੈਂ ਸ਼ੇਅਰ ਕਰੇ, ਔਰ ਭਾਈ ਸਰ ਆਪਦਾ ਕਰੇ, ਔਰ ਇਨਸੇ ਕੋਈ ਜਾਨਵਰ ਆਪਕੋ ਪਸੰਦ ਆਏ ਤੋ ਇਨਕੇ ਪਾਸ ਹੋਰ ਵੀ ਮੱਕੀ ਚੀਨੀ ਵਗੈਰਾ ਖੜੇ ਹੋਤੇ।